ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਗਿਆਨੀ ਬਾਬਾ ਨੰਦ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ, ਨਾਨਕ ਸਰ ਕਲੇਰਾਂ ਵਾਲਿਆਂ ਦੀ ਪਵਿੱਤਰ ਯਾਦ ਵਿੱਚ 29ਵਾਂ ਅੰਤਰਰਾਸ਼ਟਰੀ ਮਹਾਪਵਿੱਤਰ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ 22, 23 ਅਤੇ 24 ਮਾਰਚ ਨੂੰ ਹੋ ਰਿਹਾ ਹੈ। ਸਮਾਗਮ ਦੇ ਮੁੱਖ ਪ੍ਰਬੰਧਕ ਜਗਤ ਪ੍ਰਸਿੱਧ ਕੀਰਤਨੀਏ ਭਾਈ ਦਵਿੰਦਰ ਸਿੰਘ ਜੀ ਸੋਢੀ ਨੇ ਦੱਸਿਆ ਕਿ 3 ਦਿਨ ਰੋਜ਼ਾਨਾ ਸ਼ਾਮ ਨੂੰ 5 ਵਜੇ ਤੋਂ ਦੇਰ ਰਾਤ ਤੱਕ ਕਥਾ ਕੀਰਤਨ ਦਾ ਪ੍ਰਵਾਹ ਚੱਲੇਗਾ, ਜਿਸ ਵਿੱਚ ਸੰਤ ਮਹਾਪੁਰਸ਼, ਗੁਰ ਕੇ ਪ੍ਰਸਿੱਧ ਕੀਰਤਨੀਏ, ਰਾਗੀ, ਢਾਡੀ, ਕਥਾਵਾਚਕ ਪੁੱਜ ਰਹੇ ਨੇ। ਇਸ ਸਮੇਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਵੀ ਹੋਈ। 550 ਸਾਲਾ ਪ੍ਰਕਾਸ਼ ਪੁਰਬ ਤੇ ਬਾਬਾ ਨੰਦ ਸਿੰਘ, ਬਾਬਾ ਈਸ਼ਰ ਸਿੰਘ ਜੀ ਦੀ ਪਿਆਰੀ ਯਾਦ ਵਿੱਚ 29ਵਾਂ ਮਹਾਪਵਿੱਤਰ ਗੁਰਮਤਿ ਸਮਾਗਮ 22, 23, 24 ਮਾਰਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਕਸਟੈਂਸ਼ਨ ਲੁਧਿਆਣਾ ਵਿਖੇ ਹੋ ਰਿਹਾ ਹੈ। ਇਸ ਵਾਰੀ ਸਾਡਾ ਇਹ ਪ੍ਰੋਗਰਾਮ ਵਿਸ਼ੇਸ਼ ਹੈ ਕਿਉਂਕਿ ਸਾਰੇ ਸਿੱਖ ਜਗਤ ਵਿੱਚ ਬਾਬਾ ਨਾਨਕ ਜੀ ਦਾ ਅਵਤਾਰ ਪੁਰਬ ਬਹੁਤ ਖੁਸ਼ੀਆਂ ਅਤੇ ਚਾਅ ਨਾਲ ਮਨਾਇਆ ਜਾ ਰਿਹਾ ਹੈ। ਅਸੀਂ ਕੋਸ਼ਿਸ਼ ਕੀਤੀ ਹੈ ਪਿਛਲੇ ਪ੍ਰੋਗਰਾਮਾਂ ਨਾਲੋਂ ਵੀ ਸਰੋਤਿਆਂ ਨੂੰ ਵੱਧ ਰਸ ਆਵੇ, ਚੰਗੇ ਚੰਗੇ ਗੁਰੂ ਕੇ ਪੰਥ ਪ੍ਰਸਿੱਧ ਕੀਰਤਨੀ ਜਥੇ, ਸੰਤ ਮਹਾਂਪੁਰਸ਼, ਢਾਡੀ ਜਨ, ਕਥਾਵਾਚਕ ਤਿੰਨੋਂ ਰਾਤਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਬਾਣੀ ਦਾ ਪ੍ਰਵਾਹ ਚੱਲੇਗਾ। ਇਸ ਪ੍ਰੋਗਰਾਮ ਨੂੰ ਸਰਦਾਰ ਜਥੇਦਾਰ ਅਵਤਾਰ ਸਿੰਘ ਜੀ ਮੱਕੜ, ਇੰਦਰਜੀਤ ਸਿੰਘ ਜੀ ਮੱਕੜ ਅਤੇ ਉਹਨਾਂ ਦੀ ਸਾਰੀ ਪ੍ਰਬੰਧਕ ਕਮੇਟੀ ਦਾ ਭਰਵਾਂ ਸਹਿਯੋਗ ਹੈ ਅਤੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਵੀ ਤੁਸੀਂ ਪਰਿਵਾਰਾਂ ਸਮੇਤ ਪੁੱਜਣਾ ਹੈ, 3 ਰਾਤਾਂ ਬਾਬਾ ਨਾਨਕ ਜੀ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਆਪਾਂ ਬੈਠਣਾ ਹੈ। ਕੁਝ ਨਾਮ ਮੈਂ ਲੈ ਦੇਵਾਂ, ਬਹੁਤ ਸਾਰੇ ਗੁਣੀ ਜਨ ਇਸ ਸਮਾਗਮ ਵਿੱਚ ਪੁੱਜ ਰਹੇ ਨੇ। ਸੰਤ ਬਾਬਾ ਗੁਰਮੇਲ ਸਿੰਘ ਜੀ ਨਾਨਕਸਰ ਤੋਂ, ਸੰਤ ਬਾਬਾ ਸੁਖਦੇਵ ਸਿੰਘ ਜੀ ਕੁੱਚੋ ਸਾਹਿਬ ਤੋਂ, ਸੰਤ ਬਾਬਾ ਲੱਖਾ ਸਿੰਘ ਜੀ, ਸੰਤ ਬਾਬਾ ਰਾਮ ਸਿੰਘ ਜੀ ਸਿੰਗੜੇ ਵਾਲੇ, ਭਾਈ ਗੁਰੇ ਇਕਬਾਲ ਸਿੰਘ ਜੀ, ਚਮਨਜੀਤ ਸਿੰਘ ਜੀ ਲਾਲ, ਸੰਤ ਬਾਬਾ ਧੰਨਾ ਸਿੰਘ ਜੀ, ਬਾਬਾ ਜਸਵੰਤ ਸਿੰਘ ਜੀ ਨਾਨਕਸਰ ਤੋਂ, ਭਾਈ ਜਸਵੀਰ ਸਿੰਘ ਜੀ ਪੌਂਟਾ ਸਾਹਿਬ ਤੋਂ, ਭਾਈ ਬਲਵਿੰਦਰ ਸਿੰਘ ਜੀ ਰੰਗੀਲਾ, ਤਰਸੇਮ ਸਿੰਘ ਜੀ ਮੋਰਾਂ ਵਾਲੇ, ਭਾਈ ਨਿਰਮਲ ਸਿੰਘ ਜੀ, ਜੋਗਿੰਦਰ ਸਿੰਘ ਰਿਆੜ, ਭਾਈ ਦਵਿੰਦਰ ਸਿੰਘ ਜੀ ਸੋਹਾਣੇ ਵਾਲੇ, ਭਾਈ ਓਂਕਾਰ ਸਿੰਘ ਜੀ ਉਨਾ ਸਾਹਿਬ ਤੋਂ, ਭਾਈ ਗੁਰਪ੍ਰੀਤ ਸਿੰਘ ਜੀ, ਭਾਈ ਅਮਰਜੀਤ ਸਿੰਘ ਜੀ ਗੌਰ ਦੀ ਵੀ ਪੁੱਜਣਗੇ, ਭਾਈ ਗੁਰਚਰਨ ਸਿੰਘ ਜੀ ਰਸੀਆ ਜੀ, ਭਗਵਾਨ ਸਿੰਘ ਜੌਹਲ, ਹੋਰ ਵੀ ਬਹੁਤ ਸਾਰੇ ਕੀਰਤਨੀ ਜਥੇ ਨੇ ਜਿਨ੍ਹਾਂ ਨੇ ਤੁਹਾਨੂੰ ਗੁਰਬਾਣੀ ਦਾ ਰਸ ਦੇਣਾ ਹੈ। ਅਤੇ ਮੈਂ ਸਾਰੇ ਸਿੱਖ ਜਗਤ ਨੂੰ ਬੇਨਤੀ ਕਰਾਂਗਾ 3 ਰਾਤਾਂ ਬਾਬੇ ਨਾਨਕ ਦੀ ਯਾਦ ਵਿੱਚ ਉਹਨਾਂ ਮਹਾਂਪੁਰਸ਼ਾਂ ਦੇ ਪਿਆਰ ਵਿੱਚ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਜਾਣ ਕੇ ਪੂਜਿਆ। ਤੁਹਾਨੂੰ ਸਾਰਿਆਂ ਨੂੰ ਸੱਦਾ ਹੈ, ਤੁਸੀਂ ਸਾਰਿਆਂ ਨੇ ਪੂਜਣਾ ਹੈ। ਮੇਰੇ ਨਾਲ ਜਿੱਥੇ ਸਰਦਾਰ ਇੰਦਰਜੀਤ ਸਿੰਘ ਜੀ ਮੱਕੜ ਅਤੇ ਨਾਲ ਹੀ ਜਗਜੀਤ ਸਿੰਘ ਜੀ ਅਹੂਜਾ ਅਤੇ ਨਾਲ ਹੀ ਕਿਰਪਾਲ ਸਿੰਘ ਚੌਹਾਨ, ਹੋਰ ਮੇਰੇ ਸਾਰੇ ਸਹਿਯੋਗੀ ਬੈਠੇ ਨੇ ਅਤੇ ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ ਇਸ ਸਮਾਗਮ ਜ਼ਰੂਰ ਪੁੱਜਿਓ। 22, 23, 24 ਮਾਰਚ ਸ਼ਾਮ 5 ਵਜੇ ਤੋਂ ਦੇਰ ਰਾਤ ਤੱਕ ਇਹ ਸਮਾਗਮ ਚੱਲਿਆ ਕਰੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।